ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਖਾਲਿਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਜੇਕਰ ਤੁਸੀਂ ਭਾਰਤ ਦੇ ਵਿੱਚ ਰਹਿੰਦੇ ਹੋ ਬੱਚਾ ਗੋਦ ਲੈਣਾ ਚਾਹੁੰਦੇ ਹੋ ਤਾਂ ਇਹ ਖਬਰ ਹੈ ਖਾਸ ਤੁਹਾਡੇ ਲਈ ਹੈ ਕਿਉਂਕਿ ਬੱਚਾ ਗੋਦ ਲੈਣ ਦੇ ਨਿਯਮਾਂ ਦੇ ਵਿੱਚ ਹੁਣ ਵੱਡਾ ਬਦਲਾਅ ਹੋਇਆ ਹੈ ਹੁਣ ਭਾਰਤ ਦੇ ਵਿੱਚ ਸਿੰਗਲ ਪੇਰੈਂਟ ਨੂੰ ਵੀ ਬੱਚਾ ਗੋਦ ਲੈਣ ਦੀ ਇਜਾਜ਼ਤ ਮਿਲ ਗਈ ਹੈ ਜਿੱਥੇ ਪਹਿਲਾਂ ਸਿਰਫ ਵਿਆਹੁਤਾ ਜੋੜੇ ਨੂੰ ਹੀ ਬੱਚਾ ਗੋਦ ਲੈਣ ਦੀ ਇਜਾਜ਼ਤ ਸੀ ਤੇ ਉਸ ਦੇ ਵਿੱਚ ਵੀ ਕਈ ਸ਼ਰਤਾਂ ਰੱਖੀਆਂ ਗਈਆਂ ਸੀ ਪਰ ਹੁਣ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਆ ਪਰ ਇਸੇ ਲਈ ਵੀ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਤੇ ਉਹਨਾਂ ਸ਼ਰਤਾਂ ਦੇ ਨਾਲ ਹੀ ਬੱਚੇ ਨੂੰ ਗੋਦ ਲਿਆ ਜਾ ਸਕੇਗਾ ਤਾਂ ਹੁਣ ਇਹਨਾਂ ਸ਼ਰਤਾਂ ਦੇ ਤਹਿਤ ਜੋ ਅਣਵਿਆਹੇ ਨੇ ਜੋ ਤਲਾਕਸ਼ੁਦਾ ਨੇ ਜੋ ਵਿਧਵਾ ਨੇ ਉਹ ਵੀ ਬੱਚੇ ਨੂੰ ਗੋਦ ਲੈ ਸਕਣਗੇ ਤਾ ਸਿੰਗਲ ਪੇਰੈਂਟਸ ਨੂੰ 6 ਸਾਲ ਤੱਕ ਦੀ ਉਮਰ ਦਾ ਹੀ ਬੱਚਾ ਦਿੱਤਾ ਜਾਵੇਗਾ ਤੇ 2 ਸਾਲ ਬੱਚੇ ਦੀ ਸਾਂਭ ਸੰਭਾਲ ਉਸ ਨੂੰ ਕਰਨੀ ਪਵੇਗੀ ਤੇ 2 ਸਾਲ ਦੀ ਸਾਂਭ ਸੰਭਾਲ ਦੇ ਬਾਅਦ ਹੀ ਕਾਨੂੰਨੀ ਤੌਰ ਤੇ ਬੱਚਾ ਗੋਦ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ ਤੇ ਗੋਦ ਲੈਣ ਵਾਲੇ ਦੀ ਉਮਰ ਹੈ ਜੋ ਉਹ ਵੀ 25 ਤੋਂ 60 ਸਾਲ ਦੇ ਵਿਚਾਲੇ ਹੋਣੀ ਚਾਹੀਦੀ ਹੈ ਤੇ ਜੋ ਮਹਿਲਾ ਹੈ ਉਸ ਤੇ ਲਈ ਮੁੰਡੇ ਜਾਂ ਕੁੜੀ ਉਹ ਕਿਸੇ ਨੂੰ ਵੀ ਗੋਦ ਲੈ ਸਕਦੀ ਆ ਉਸ ਤੇ ਲਈ ਅਜੀਹਾ ਨਹੀਂ ਹੈ ਕਿ ਉਹ ਸਿਰਫ ਮੁੰਡੇ ਨੂੰ ਗੋਦ ਲੈ ਸਕਦੀ ਆ ਜਾਂ ਕੁੜੀ ਨੂੰ ਪਰ ਜੋ ਪੁਰਸ਼ ਹੈ ਬੱਚਾ ਗੋਦ ਲੈਣਾ ਚਾਹੁੰਦੇ ਨੇ ਉਹ ਸਿਰਫ ਮੁੰਡੇ ਨੂੰ ਹੀ ਗੋਦ ਲੈ ਸਕਦੇ ਨੇ 2016 ਦੇ ਵਿੱਚ ਬਣੇ ਗੋਦ ਲੈਣ ਦੇ ਕਾਨੂੰਨ ਦੇ ਮੁਤਾਬਕ ਸਿਰਫ ਵਿਆਹੁਤਾ ਹੀ ਬੱਚੇ ਨੂੰ ਗੋਦ ਲੈ ਸਕਦੇ ਸੀ ਪਰ ਹੁਣ ਮਹਿਲਾ ਬਾਲ ਵਿਕਾਸ ਮੰਤਰਾਲੇ ਦੇ ਵੱਲੋਂ ਬਦਲੇ ਗਏ ਨਿਯਮਾਂ ਦੇ ਮੁਤਾਬਕ ਵਿਆਹੁਤਾ ਜੋੜੇ ਪਤੀ ਪਤਨੀ ਨੂੰ ਉਸ ਵੇਲੇ ਤੱਕ ਬੱਚਾ ਗੋਦ ਨਹੀਂ ਦਿੱਤਾ ਜਾਵੇਗਾ ਜਦੋਂ ਤੱਕ ਉਨ੍ਹਾਂ ਦਾ ਵਿਵੋਤਾ ਰਿਸ਼ਤਾ 2 ਸਾਲ ਦਾ ਸਥਿਰ ਨਾ ਹੋਵੇ ਜਾਨੀ ਕਿ 2 ਸਾਲ ਤੋਂ ਇਕੱਠੇ ਰਹਿ ਰਹੇ ਹੋਣੇ ਚਾਹੀਦੇ ਨੇ ਉਹਨਾਂ ਦਾ ਰਿਸ਼ਤਾ ਉਸੇ ਤਰ੍ਹਾਂ ਕਾਇਮ ਹੋਣਾ ਚਾਹੀਦਾ ਹੈ ਤੇ ਇਸ ਤੋਂ ਪਹਿਲਾਂ ਜੋੜਿਆਂ ਦੇ ਲਈ ਅਜਿਹਾ ਕੋਈ ਨਿਯਮ ਨਹੀਂ ਸੀ ਹੁਣ ਬਦਲਾ ਕੀਤਾ ਗਿਆ ਤੇ ਇਸ ਦੇ ਨਾਲ ਹੀ ਜੋ ਵਿਵੋਤਾ ਜੋੜੇ ਨੇ ਉਹਨਾਂ ਵੱਲੋਂ ਗੋਦ ਲੈਣ ਦੀ ਉਮਰ ਦੇ ਵਿੱਚ ਵੀ ਬਦਲਾ ਕੀਤਾ ਗਿਆ ਹੈ 2016 ਦੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਇਹ ਕਿਹਾ ਗਿਆ ਕਿ ਬੱਚੇ ਨੂੰ ਗੋਦ ਲੈਣ ਵਾਲੇ ਪਤੀ ਪਤਨੀ 35 ਸਾਲ ਤੋਂ ਵੱਧ ਉਮਰ ਦੇ ਹੋਣੇ ਚਾਹੀਦੇ ਨੇ ਤਾਂ ਹੁਣ ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ 6 ਤੋਂ 12 ਸਾਲ ਤੇ 12 ਤੋਂ 18 ਸਾਲ ਦੀ ਉਮਰ ਵਰਗ ਦੇ ਬੱਚੇ ਨੂੰ ਪਾਲਣ ਲਈ ਵਿਆਹੇ ਜੋੜੇ ਦੀ ਸਾਂਝੀ ਉਮਰ ਆ ਜੋ ਘੱਟੋ ਘੱਟ 70 ਸਾਲ ਹੋਣੀ ਚਾਹੀਦੀ ਹੈ ਜਦੋਂ ਕਿ ਜੇਕਰ ਕੋਈ ਇਕੱਲਾ ਪਾਲਣ ਪੋਸ਼ਣ ਕਰਨਾ ਚਾਹੁੰਦਾ ਹੈ ਤਾਂ ਉਸ ਮਾਪਿਆਂ ਦੀ ਉਮਰ ਘੱਟੋ ਘੱਟ 35 ਸਾਲ ਹੋਣੀ ਚਾਹੀਦੀ ਹੈ ਇਕੱਲੇ ਵਿਅਕਤੀ ਲਈ 6 ਤੋਂ 12 ਵਰਗ ਦੇ ਬੱਚੇ ਨੂੰ ਪਾਲਣ ਲਈ 55 ਸਾਲ ਤੱਕ ਅਤੇ 12 ਤੋਂ 18 ਉਮਰ ਵਰਗ ਦੇ ਬੱਚੇ ਨੂੰ ਪਾਲਣ ਪੋਸ਼ਣ ਕਰਨ ਲਈ 60 ਸਾਲ ਤੱਕ ਬੈਲਾ ਬਾਲ ਵਿਕਾਸ ਮੰਤਰਾਲੇ ਦੇ ਮੁਤਾਬਕ ਬੱਚੇ ਨੂੰ ਗੋਦ ਲੈਣ ਦੇ ਲਈ ਕੇਰਿੰਗ ਤੇ ਜਾ ਕੇ ਜੋ ਰਜਿਸਟਰਡ ਹੈ ਉਹ ਕੀਤਾ ਜਾ ਸਕਦਾ ਹੈ ਪਿਛਲੇ ਕੁਝ ਸਾਲਾਂ ਦੇ ਅੰਕੜੇ ਸਪਸ਼ਟ ਕਰਦੇ ਨੇ ਕਿ ਭਾਰਤ ਵਿੱਚ ਪਿਛਲੇ 3 ਸਾਲਾਂ ਦੇ ਵਿੱਚ ਬੱਚਾ ਗੋਦ ਲੈਣ ਦੀ ਤਸਵੀਰ ਬਦਲੀ ਹੈ ਪਿਛਲੇ 3 ਸਾਲਾਂ ਤੋਂ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਨੂੰ ਵਧੇਰੇ ਗੋਦ ਲਿਆ ਗਿਆ ਜੇਕਰ ਗੱਲ ਕੀਤੀ ਜਾਵੇ ਸਾਲ 2021-22 ਦੀ ਤਾਂ ਉਸ ਦੇ ਵਿੱਚ 1293 ਮੁੰਡੇ ਗੋਦ ਲਏ ਗਏ ਸੀ ਜਦੋਂ ਕਿ ਗੋਦ ਲਈਆਂ ਜਾਣ ਵਾਲੀਆਂ ਕੁੜੀਆਂ ਦੀ ਗਿਣਤੀ 1690 ਦੇ ਕਰੀਬ ਸੀ ਤਾਂ ਇਸੇ ਤਰ੍ਹਾਂ 2020-21 ਵਿੱਚ 1200 ਮੁੰਡੇ ਤੇ 1856 ਕੁੜੀਆਂ ਨੂੰ ਗੋਦ ਲਿਆ ਗਿਆ ਤਾਂ 2019-20 ਦੇ ਵਿੱਚ 1400 ਮੁੰਡੇ ਤੇ 1938 ਕੁੜੀਆਂ ਨੂੰ ਗੋਦ ਲਿਆ ਗਿਆ ਤੇ ਹੁਣ ਨੇਮਾ ਦੇ ਵਿੱਚ ਬਦਲਾਅ ਹੋਣ ਤੋਂ ਬਾਅਦ ਹੋਰ ਵੀ ਬੱਚਿਆਂ ਨੂੰ ਬਿਹਤਰ ਭਵਿੱਖ ਮਿਲਾਂ ਦੀ ਆਸ ਬੱਜੀ ਹੈ